ਅੱਛਾ ਲੋਕ ਆਖਣਨ ਕਿ ਸਟੇਜ ਡਰਾਮਾ ਉਹ ਨਹੀਂ ਰਿਆ ਜਿਹੜਾ ਅਜੂ ਕੁਝਰ ਸਾਹ ਪਹਿਲੇ ਸੀ ਤੁਸੀਂਾਂ ਕਹਿੰਦੇ ਹੋ ਇਸ ਬਾਰੇ ਜੀ ਅਸਨ तकरीबन तकरीबन ਇਸ ਵੇਲੇ ਤੁਸਾਂ ਆਪੇ ਵੀ ਥੋੜੇ ਜਿਏ ਕਿਨਾਰਾ ਹੋ ਗਿਐ ਥੀਏਟਰ ਚ ਇਸ ਵੇਜਾ ਤੂੰ ਕਿ ਜਦੋਂ ਅਸਾਂ ਆਏ ਆ ਤੇ ਉਸ ਟਾਈਮ ਪਰਫਾਰਮੈਂਸ ਨੂੰ ਥੋੜਾ ਜਿਹਾ ਮਾਰਜਨ ਹੈ ਸੀ ਪਰਫਾਰਮੈਂਸ ਕਿ ਲਾਈਕ ਕੀਤਾ ਜਾਣਾ ਸੀ ਉਸ ਟਾਈਮ ਪਬਲਿਕ ਦੇਖਣੀ ਸੀ ਫੈਮਲੀਆਂ ਆਣੀਆਂ ਸਨ ਹੁਣ ਫੈਮਲੀਆਂ ਨਹੀਂ ਰਹੀਆਂ ਤੇ ਤੁਸੀਂ ਕੀ ਬਤਾਇਆ ਫੈਮਲੀਆਂ ਅਸਨ ਡਰਾਮਾ ਤਕਸਨ ਜ਼ਹਿਰੀ ਗੱਲੇ ਅੱਛਾ ਡਰਾਮਾ ਸੀ ਪਰਫਾਰਮੈਂਸ ਵੀ ਹੋ ਸੀ ਹੁਣ ਫੈਮਿਲੀਆਂ ਨਹੀਂ ਆਣੀਆਂ ਹੁਣ ਜਿਸ ਤਰ੍ਹਾਂ ਨੇ ਲੋਕ ਆਣੇ ਨੇ ਉਸੇ ਤਰ੍ਹਾਂ ਨੇ ਡਰਾਮੇ ਬਣਨੇ ਪਏ ਫੈਮਿਲੀਆਂ ਕਿਉਂ ਨਹੀਂ ਆਣੀਆਂ ਜ਼ਹਿਰੀ ਗੱਲੇ ਮਾਹੌਲ ਹੁਣ ਇੱਕ ਆ ਰਹਿਣਾ ਤੁਸਾਂ ਤੱਕ ਕੋਈ ਇੱਕ ਆ ਰਹੀ ਜਿਸ ਤਰ੍ਹਾਂ ਦਾ ਮਾਹੌਲ ਹੋ ਸੀ ਉਸੇ ਤਰ੍ਹਾਂ ਦੀ ਪਬਲਿਕ ਹੁਣ ਜਿਸ ਤਰ੍ਹਾਂ ਥੀਏਟਰ ਹੋਈ ਗਿਆ ਡਾਂਸ ਜੁਗਤਬਾਜ਼ੀ ਅਜੀਬ ਜੀ ਇਸ ਵਜ੍ਹਾ ਤੂੰ ਜਿਹੜਾ ਨਾ ਜ਼ਹਰੀ ਗੱਲ ਕੋਈ ਫੈਮਿਲੀਆ ਕੋਈ ਆਪਣੀਆਂ ਮਾਮਾ ਬਣਾ ਲੈ ਕੇ ਤੇ ਥੀਏਟਰ 'ਚ ਨਹੀਂ ਆਉਣ ਲੱਗਾ ਇਸ ਵਜ੍ਹਾ ਤੂੰ ਇਹ ਪ੍ਰੋਬਲਮ ਹੋ ਗਈ ਸਹੀ ਸਹੀ ਤਾਂ ਕਿਸ ਤਰ੍ਹਾਂ ਬਿਹਤਰ ਕਰੀ ਸਕਣਾ ਹੈ ਇਸ ਕੀ ਬੰਦਾ ਕਿ ਦੁਬਾਰਾ ਤੋਂ ਮਿਆਰ ਅਸਲ ਕਰਾਇਆ ਜਾ ਉੱਥੇ ਤੱਕ ਪੁੱਛ ਮਿਆਰ ਤੇ ਕੋਈ ਅਸਾਂ ਨੇ ਮੁੱਲ ਕੀ ਜੇ ਦੁਬਾਰਾ ਤੇ ਹੋਈ ਨਹੀਂ ਸਕਣਾ ਕਿਉਂਕਿ ਇੰਡਸਟਰੀ ਸੇ ਨਹੀਂ ਖਤਮ ਹੋਏਗੀ ਅਸਾਂ ਕੁਝ ਨਹੀਂ ਕੀਤਾ ਉਹ ਗੰਡਾ ਸਾ ਤੇ ਉਹ ਲਾਚੇ ਤੇ ਕੁੜਤੇ ਤੇ ਪੰਜਾਬੀ ਫਿਲਮਾਂ ਉਹ ਖਰਾਬ ਹੋਏਗੀ ਅਸਾਂ ਕੁਝ ਨਹੀਂ ਕੀਤਾ ਹੁਣ ਥੀਏਟਰ ਥੀਏਟਰ ਖਰਾਬ ਹੋਇਆ ਇਸ ਦਾ ਸਾਰਾ ਕ੍ਰੈਡਿਟ ਜਾਣਾ ਐਕਟਰਾਂ ਬਿਹਤਰ ਤੌਰ ਤੇ ਕਰਨ ਲੇਕਿਨ ਜਦੋਂ ਉਹ ਅੱਛੇ ਪਾਸੇ ਆਣ ਲਈ ਕੋਸ਼ਿਸ਼ ਕਰਨ ਨੂੰ ਉਸ ਟਾਈਮ ਪਬਲਿਕ ਨਹੀਂ ਆਣੀ ਕਿਉਂਕਿ ਪਬਲਿਕ ਦਾ ਇੱਕ ਮਾਈਂਡ ਬਣੀ ਚੁੱਕਿਆ ਹੈ ਨਾ ਕਿ ਨਹੀਂ ਅਸਾਂ ਹੀ ਤੱਕਣਾ ਹੈ ਬਸ ਨਹੀਂ ਲੇਕਿਨ ਤੁਸੀਂ ਕਹਿੰਦੇ ਇਹ ਨਹੀਂ ਸਮਝਣਾ ਕਿ ਅਗਰ ਕੁਝ ਅਰਸੇ ਤੱਕ ਅੱਛੀ ਚੀਜ਼ ਪੇਸ਼ ਕੀਤੀ ਗਈ ਹੈ ਤੇ ਲੋਕ ਦੁਬਾਰਾ ਸੁਰਾਗਾ ਬੁਸਣ ਉਸ ਪਾਸੇ ਗੱਲ ਹੈ ਕਿ ਉਸੇ ਚਾਈਨੀ ਇਨਵੈਸਟਮੈਂਟ ਕੌਣ ਕਰ ਸੀ ਕਿਉਂਕਿ ਪ੍ਰੋਡਿਊਸਰ ਕਰਨ ਨਹੀਂ ਲਗਾ ਐਕਟਰ ਜ਼ਾਹਰੀ ਗੱਲ ਉਹਨਾਂ ਨੇ ਕੰਮ ਕਰਨਾ ਹੈ ਆਪਣਾ ਘਰ ਵੇਖਣਾ ਹੈ ਉਹਨਾਂ ਨੇ ਸਾਰਾ ਕੁਝ ਅਸ ਵਿੱਚ ਜੋ ਕਾਫੀ ਟੈਨਸ਼ਨਾਂ ਨੇ ਜਿਹੜੀਆਂ ਇਹ ਵੀ ਚਾਹੀਏ ਅਸਾਂ ਹੀ ਆਖਣਾ ਕਿ ਗਵਰਨਮੈਂਟ ਕੀ ਸੋਚਣਾ ਚਾਹੀਨਾ ਹੁਣ ਸਹੀ ਜੀ ਆਈ ਸਹੀ ਅੱਛਾ ਟੈਲੀ ਫਿਲਮ ਨਾ ਇੱਕ ਸਪੈਸ਼ਲੀ ਪੁਠੂਆਰ ਨੇ ਵਾਲੀ ਨਾ ਲਗਰ ਤੁਸਾਂ ਦੇਖੋ ਤੇ ਇੱਕ ਟ੍ਰੈਂਡ ਚਲਿਆ ਗੁਜਰਸੇ ਸੋਂ ਜਿਹੜਾ ਬੜਾ ਵਜ਼ਾਇਰ ਕਾਮਯਾਬ ਆ ਤੁਸੀਂ ਕਹਿ ਸਮਝਦੇ ਹੋ ਕਿ ਕਿਸ ਨਜ਼ਰ ਨਾਲ ਤਖਨੇ ਹੋ ਟੈਲੀ ਫਿਲਮ ਕੀ ਪੁਠੂਆਰੀ ਟੈਲੀ ਫਿਲਮ ਕੀ ਪੁਠੂਆਰੀ ਟੈਲੀ ਫਿਲਮ ਜਦੋਂ ਚੱਲਿਆ ਅਸਾਂ ਵੀ ਕੀਤਾ ਬੜਾ ਅੱਛਾ ਚੱਲਿਆ ਉਸ ਟਾਈਮ ਇੱਕ ਰੈਲਾ ਹੀ ਆਇਆ ਜਿਸ ਤਰ੍ਹਾਂ ਕਿ ਜਿੱਥੇ ਤੱਕ ਕੋ ਟੈਲੀ ਫਿਲਮ ਬੜਨੀ ਵੀ ਜਿੱਥੇ ਤੱਕ ਕੋ ਟੈਲੀ ਫਿਲਮ ਬੜਨੀ ਵੀ ਲੇਕਿਨ ਹੁਣ ਕਾਫੀ ਅਰਸੇ ਤੋਂ ਅਸਾਂ ਤੱਕਣਿਆ ਮਤਲਬ ਜਿਹੜੇ ਡਰ ਪ੍ਰੋਡਿਊਸਰ ਨੇ ਜਿਹੜੇ ਡਾਇਰੈਕਟਰ ਨੇ ਜਿਹੜੇ ਐਕਟਰ ਨੇ ਉਹ ਵੀ ਰੋਣੇ ਪਏ ਵਿਚਾਰੇ ਅਸਾਂ ਬਣਾਈ ਬੈਠੇ ਆ ਫਿਲਮਾਂ ਹੁਣ ਅਸਾਂ ਕੋਲ ਕਿੰਨਾ ਕੋਈ ਨਹੀਂ ਪਿਆ ਹੁਣ ਅਸਾਂ ਦੀ ਸੇਲ ਨਹੀਂ ਹੋਣੀਆਂ ਪਈਆਂ ਹੁਣ ਇਹਨਾਂ ਦੀ ਮਾਰਕੀਟ ਵੈਲਿਊ ਕੁਝ ਨਹੀਂ ਰਹੀ ਬਰ ਅਸਾਂ ਨਾ ਆਈ ਹੈ ਕਿ ਹੁਣ ਜ਼ਰਾ ਥੋੜੀ ਜੀ ਕਮੀ ਹੋਈ ਗਈ ਇਸ ਵਿੱਚ ਪੁਠਵਾਰੀ ਟੈਲੀਫਿਲਮ ਪੁਠਵਾਰੀ ਟੈਲੀਫਿਲਮ ਜੀ ਅੱਛਾ ਹੁਣ ਮਿਆਰ ਨਹੀਂ ਰਿਹਾ ਥੋੜਾ ਜਿਹਾ ਅੱਛਾ ਉਸਨੇ ਵੀ ਮਿਆਰ ਨਹੀਂ ਮਿਆਰ ਨਹੀਂ ਰਿਹਾ ਉਸਨੇ ਜੀ ਅੱਛਾ ਯਾਨੀ ਤੁਸੀਂ ਉਸ ਕੰਮ ਤੋਂ ਮਤਮੈਨ ਨਹੀਂ ਹੋ ਮਤਮੈਨ ਤੇ ਹਰ ਸਾਲ ਆਪਣੀ ਫੀਲਡ ਚੋਂ ਕਾਫੀ ਕੰਮ ਹੋ ਗਿਆ ਜਿਸ ਨੂੰ ਮਤਮੈਨ ਨਹੀਂ ਆ ਪਰ ਲੇਕਿਨ ਇਹ ਕਿ ਜਦੋਂ ਸ਼ੁਰੂ ਸ਼ੁਰੂ ਇਹਨਾਂ ਸ਼ੁਰੂ ਕੀਤਾ ਸੀ ਬੜਾ ਅੱਛਾ ਸੀ ਕੰਮ ਵੀ ਅੱਛੇ ਕਰਨ ਵਾਲੇ ਆਏ ਸਨ ਪਟਵਾਰੀ ਕੀ ਤੁਸੀਂ ਕੀ ਪਤਾ ਵੀ ਇਹ ਬੜਾ ਮਾਸ਼ਾਅੱਲਾ ਇੰਗਲੈਂਡ ਵਿੱਚ ਕਿੰਨੇ ਲੋਕ ਹਨ ਪਟਵਾਰੀ ਜਿਹੜਾ ਇਸ ਕੀ ਬੜਾ ਲਾਈਕ ਕਰਨੇ ਲੇਕਿਨ ਕੰਮ ਤੇ ਫਿਰ ਕੰਮ ਹੈ ਨਾ ਉਸਕੀ ਕੰਮ ਸਮਝ ਕੇ ਕਰੋ ਸਹੀ ਪਬਲਿਕ ਨੂੰ ਪਤਾ ਨਹੀਂ ਪਬਲਿਕ ਦੀ ਨਜ਼ਰ ਵੀ ਬੜੀ ਤੇਜ਼ ਹੈ ਪਬਲਿਕ ਹੀ ਪਤਾ ਕਿ ਕਿਹੜਾ ਕੰਮ ਹੈ ਤੇ ਕਿਹੜਾ ਕੰਮ ਨਹੀਂ ਹੈ ਬਿਲਕੁਲ ਤੇ ਹੁਣ ਇਸ ਵਜ੍ਹਾ ਤੋਂ ਜ਼ਰਾ ਪ੍ਰੋਬਲਮ ਹੋਏਗੀ ਪਰ ਜੇ ਤੂੰ ਸੜੀ ਫਿਲਮ ਇੰਡਸਟਰੀ ਵੀ ਫਾਰਗ ਸਮਝੋਈ ਗਈ ਸਾਡਾ ਡਰਾਮਾ ਵੀ ਫਾਰਗ ਹੋਈ ਗਿਆ ਤੇ ਫਿਰ ਕਿ ਬੰਸੀ ਸਾਡਾ ਫਨ ਦੇ ਵਾਲੇ ਨਾਲ ਫਨ ਦੇ ਵਾਲੇ ਨਾਲ ਦੇ ਗਵਰਨਮੈਂਟ ਕੀ ਕੁਝ ਕਰਨਾ ਚਾਹੀਨਾ ਨਹੀਂ ਤੇ ਫਿਰ ਐਕਟਰਾਂ ਕੀ ਕੁਝ ਕਰਨਾ ਚਾਹੀਨਾ ਸਿਰ ਜੋੜ ਕੇ ਬਹਿਣਗੇ ਨਹੀਂ ਜੀ ਅਸਾਂ ਕਰੀਏ ਕੁਝ ਕਮੈਗੀ ਐਕਟਰ ਵੀ ਸੀਰੀਅਸ ਨਹੀਂ ਨੇ ਐਕਟਰ ਸੀਰੀਅਸ ਹੋਣ ਇੱਕ ਦੂਸਰੇ ਨਾਲ ਤਾਲੁਕਾਤ ਉਹਨਾਂ ਨੇ ਅੱਛੇ ਹੋਣ ਤਾਂ ਕਿ ਮਿਲ ਕੇ ਕੰਮ ਕਰਨ ਤਾਂ ਕਿ ਕੁਝ ਫਰੋਗ ਮਿਲੇ ਇਸ ਇੰਡਸਟਰੀ ਨੂੰ ਸਹੀ ਸਹੀ ਅੱਛਾ ਜਮੀਲ ਸਾਹਿਬ ਤੁਸੀਂ ਮੁਖਤਲਿਫ ਮੁਲਕਾਂ ਨਾਲ ਸਫ਼ਰ ਕੀਤਾ ਜੀ ਪਾਕਿਸਤਾਨ ਨੇ ਤੇ ਪੁਠਵਾਰ ਨੇ ਤੇ ਤੁਸੀਂ ਬੇਸਿਕਲੀ ਬਾਸੀ ਹੋ ਕਿੱਥੇ ਮਜ਼ਾ ਆਇਆ ਤੁਸੀਂ ਕਿ ਕਿਹੜੀ ਜਗ੍ਹਾ ਸਭ ਤੋਂ ਜ਼ਿਆਦਾ ਚੰਗੀ ਲੱਗੀ ਤੁਸੀਂ ਸਰਕਾਰ ਜਗ੍ਹਾ ਤੋਂ ਇਹ ਚੰਗੀ ਹੈ ਜਿਹੜੀ ਆਪਣੀ ਮਿੱਟੀ ਹੈ ਬਿਲਕੁਲ ਪੁਠਵਾਰੀ ਜਦੋਂ ਅਸਨੇ ਆ ਬਲਕੇ ਜਦੋਂ ਵੀ ਬੱਚੇ ਦੀ ਛੁੱਟੀਆਂ ਹੋਣੀਆਂ ਨਾ ਪ੍ਰੋਗਰਾਮ ਬਣਨਾ ਜੀ ਚਲੋ Switzerland چلے یا اور ਕਿਸੇ ਬਸੇ ਜੁਈ ਹੈ ਸਹੀ ਤਾਂ ਮਾੜੀ ਇਹ ਤਵਜਹ ਹੋਣੀ ਮੜਾ ਹੀ ਇਰਾਦਾ ਹੋਣਾ ਕਿ ਮੈਂ ਆਪਣੇ ਪਾਕਿਸਤਾਨ ਹੀ ਚ ਸਹੀ ਉਸ ਲਈ ਵਜ੍ਹਾ ਹੈ ਕਿ ਜੜਾ ਆਪਣੇ ਮੁਲਕ ਹੀ ਚੈਨਾ ਸਹੀ ਉਹ ਕਿਸੇ ਦੂਸਰੇ ਮੁਲਕ ਹੀ ਚ ਨਹੀਂ ਹੈ ਬਿਲਕੁਲ ਆਪਣੇ ਪਟਵਾਰ ਨਾਲ ਫਿਰ ਆਪਣੇ ਪਾਕਿਸਤਾਨ ਨਾਲ ਮਜ਼ਾ ਹੀ ਕੁਝ ਹੋਰ ਹੈ ਸਹੀ ਤੇ ਇਸ ਮਰੇ ਜ਼ਿਆਦਾ ਤਰਜੀਹ ਹੀ ਦੇਣੇ ਹੈ ਕਿ ਜੜਾ ਕੋਈ ਟਾਈਮ ਲੱਭੇ ਨਾ ਹਮ ਹਮ ਤੇ ਉਹ ਸਿੱਥੇ ਹੀ ਹੈ ਚ ਬਲਕਿ ਮੈਂ ਮਹੀਨੇ ਚ ਇੱਕਾ ਚੱਕਰ ਲਾਣਾ ਹੈ 3-4 ਦਿਨ ਅੱਛਾ ਜ਼ਬਰਦਸਤ ਲਾਜ਼ਮੀ ਹਸਣਾ ਹੈ ਜ਼ਬਰਦਸਤ ਤੇ ਜ਼ਿਆਦਾ ਤਰਜੀਹ ਹੀ ਹੋਣਾ ਕਿ ਪਠਵਾਰੀ ਜਿਸੀ ਆਪਣੇ ਤਾਂ ਆਪਣੇ ਤਾਜ਼ੀ ਆਵਾਜ਼ ਫਿਰੀਏ ਸਹੀ ਚਲੋ ਇਹ ਤੇ ਤੁਸੀਂ ਖਿੱਤਾ ਹੀ ਪਠਵਾਰ ਨਾਲ ਜਾਂ ਆਪਣੇ ਦੇਸ਼ ਨਾਲ ਇੱਕ ਮੁਹੱਬਤ ਨਾਲ ਇਜ਼ਹਾਰ ਕੀਤਾ ਜਿਹੜਾ ਕਿ ਹੋਣਾ ਚਾਹੀਦਾ ਅਸਾਂ ਕੀ ਲੇਕਿਨ ਇਸ ਤੋਂ ਪਹਿਲੇ ਅਸਾਂ ਜ਼ਿਕਰ ਕਰੀ ਚੁੱਕੇ ਆ ਮੌਜੂਦਾ ਸੂਰਤ ਹਾਲ ਨਵੀਂ ਬੈਰੂਨੇ ਮੁਲਕ ਮਕੀਮ ਪਾਕਿਸਤਾਨੀ ਕਹਿ ਸੋਚਣਾ ਇਹ ਹਾਲਾਤ ਦੇਖੀ ਤੇ ਪਾਕਿਸਤਾਨ ਨੇ ਬਾਰੇ ਜਾਂ ਆਪਣੇ ਇਲਾਕੇ ਨੇ ਬਾਰੇ ਬੈਰੂਨੇ ਮੁਲਕ ਪਾਕਿਸਤਾਨੀ ਜਿਹੜਾ ਹੈ ਨਾ ਜੀ ਉਸ ਵਿਚਾਰੇ ਕੀ ਸੋਚ ਲੈਣ ਇਤਨਾ ਟਾਈਮ ਹੀ ਨਹੀਂ ਹੋਣਾ ਹਮ ਆਪਣੇ ਕੰਮ ਕਰਨੇ ਹਮ ਤੇ ਬਸ ਪਿੱਛੇ ਵਾਲਿਆ ਨਾ ਖਿਆਲ ਰੱਖਿਆ ਨਹੀਂ ਹਮ ਖਾਸ ਕਰ ਅਸਾਂ ਜਿਹੜੇ ਪਠਵਾਰੀ ਲੋਗਣ ਜੀ ਉਹਨਾਂ ਨੇ ਆਉਣਾ ਕਿ 30 ਸਾਲਾਂ ਦਾ ਉਹਨਾਂ ਨੂੰ ਵੀਜ਼ਾ ਹੋਣਾ ਹਮ ਉਹ ਪਾਕਿਸਤਾਨ ਤੋਂ ਦੁਬਈ 갔ਨੇ ਉੱਥੇ ਕੰਮ ਕਰਨੇ ਸਹੀ ਉਹਨਾਂ ਇਗਨਾ ਪਤਾ ਹੋਣਾ ਸਨ وزیراعظم ਹਣ ਕੋਣ ਪਿਆ ਬਣਨਾ ਅੱਛਾ ਸਦਰ ਕੋਣ ਹੈ ਕਹਿ ਪਿਆਣਾ ਬਸ ਉਹਨਾਂ ਨੇ ਕੀ ਕੰਮ ਹੋਣਾ ਉੱਥੇ ਕੰਮ ਕਰਨਾ ਤੇ ਪਿੱਛੇ ਜਿਹੜੇ ਆਪਣੇ ਉਹਨਾਂ ਦਾ ਜਿਹੜਾ ਯਾਲੋ ਯਾਲ ਉਹਨਾਂ ਨਾਲ ਖਰਚਾ ਬਰਦਾਸ਼ਤ ਹੈ ਤਾਂ ਔਰ ਉਹਨੇ ਰਣ ਨੇ ਕੋਈ ਛੋਟੇ ਮੋਟੇ ਪ੍ਰੋਗਰਾਮ ਜਿਸ ਤਰ੍ਹਾਂ ਕਿ ਮੈਡਮ ਆਰਸ ਕੀਤਾ ਕਿ ਅਸਾਂ ਦੁਬਈ ਵੀ ਗਏ ਆ ਜੀ ਦੁਬਈ ਕਾਫੀ ਸਾਰੇ ਗਰੁੱਪ ਜਾਣੇ ਲੇਕਿਨ ਅੱਜ ਤੱਕ ਕਦੇ ਕੋਈ ਪਠਵਾਰੀ ਪ੍ਰੋਗਰਾਮ ਪੇਸ਼ ਨਹੀਂ ਕੀਤਾ ਅੱਛਾ ਮੈਂ ਇਹਨੇ ਕੀ ਵੀ ਰਿਕੁਐਸਟ ਕਰ ਸਕਦਾ ਹਾਂ ਦੁਬਈ ਜਾਣ ਤੇ ਪਠਵਾਰੀ ਪ੍ਰੋਗਰਾਮ ਪੇਸ਼ ਕਰਨ ਇਨਸ਼ਾਅੱਲਾ ਜ਼ਰੂਰ ਲੇਕਿਨ ਉੱਥੇ ਸੋ ਤਾਂ ਕੀ ਕਿ ਨੋ ਜ਼ਿਆਦਾਤਰ ਮਤਲਬ ਪਖਤੂਨ ਅਕਸਰ ਜਾਣੇ ਨਾ ਤੂੰ ਜਿਹੜੇ ਵੀ ਤੱਕੋ ਜੀ ਪਖਤੂਨ ਨੇ ਗਰੁੱਪ ਟੁਰੇ ਹੋਣੇ ਨੇ ਉਹਨਾਂ ਨੇ ਜ਼ਿਆਦਾ ਕਲਚਰਲ ਸ਼ੋ ਉਹਨਾਂ ਨੇ ਜਿਹੜੇ ਸਿੰਗਰਾਂ ਚਲੀਆਂ ਗਈਆਂ ਉਹਨਾਂ ਨੇ ਉਹਨਾਂ ਨੇ ਕਾਫੀ ਸਾਰੇ ਲੇਕਿਨ ਬਹਿਰਾ ਲੈ ਕੋਸ਼ਿਸ਼ ਕਰਸ਼ਾ ਇਨਸ਼ਾਅੱਲਾ ਇਹਨਾਂ ਜੀ ਅਜ਼ੀਜ਼ ਨਾਲ ਹੋਣ ਬਿਲਕੁਲ ਉਹ ਗਸ਼ਨੇ ਤੇ ਫਿਰ ਆਉਣੇ ਨੇ ਨਾ ਅਸਾਂ ਨੇ ਅਗਰ ਕੈਸਾ ਨਹੀਂ ਨਾ ਫਿਰ ਕਿਥੋਂ ਅਸੀਂ ਹਾਂ ਸਹੀ ਗੱਲ ਨਹੀਂ ਇਸ ਕੀ ਲਾਜ਼ਮੀ ਕਰਸਾ ਇਨਸ਼ਾਅੱਲਾ ਕਿਉਂਕਿ ਅਸਾਂ ਕਰਨੇ ਤੇ ਰਹਿਣੇ ਆ ਇਹ ਵੀ ਇਹਨਾਂ ਸਰ ਆਖੀ ਸਹੀ ਗੱਲ ਆਖੀ ਇਨਸ਼ਾਅੱਲਾ ਇਸ ਤੇ ਵੀ ਗੌਰ ਕਰਸਾਂ ਲਾਜ਼ਮੀ ਸਹੀ ਅਗਰ ਤੁਸੀਂ ਕੈਲਕੂਲੇਟ ਕਰੋ ਨਾ ਦੁਬਈ ਚ ਜੀ ਜੀ ਕਦਰ 100 ਬੰਦਿਆਂ ਨਾਲ ਸੋਚ ਉਹ 50 ਪਠਾਨ ਨੇ ਤੇ 50 ਪਟਵਾਰੀ ਨੇ ਸਹੀ ਬਿਲਕੁਲ ਹੀ ਇਹ ਗੱਲ ਹੀ ਪਟਵਾਰੀ ਨੇ ਜਿਹੜਾ ਬੈਲਟ ਸਨ ਟੈਕਸ ਲੈ ਤੋਂ ਸ਼ੁਰੂ ਹੋ ਕੇ ਜੇਲਮ ਤੱਕ ਜਾਣਾ ਨਾ ਜੀ ਔਰ ਉਸੇ ਜੇ ਸਾਰੇ ਦੇ ਜ਼ਿਆਦਾ ਪਟਵਾਰੀ ਨੇ ਸਹੀ ਇਨਸ਼ਾਅੱਲਾ ਜੀ ਜ਼ਰੂਰ ਔਰ ਇਸ ਤਰ੍ਹਾਂ ਵੀ ਹੈ ਕਿ ਅਸਾਂ ਨੇ ਇੱਕ ਇੱਕ ਕਰਾਇਜੂ 4 4 5 ਮਹੀਨੇ ਬੰਦੇ ਦਵਾਈ ਸਰ ਬਿਲਕੁਲ ਹੀ ਇਹ ਗੱਲ ਹੈ ਈਜ਼ੀ ਹੈ ਨਾ ਜੀ ਬਹੁਤ ਇੱਥੋਂ ਬਿਓ ਜਾ ਜ਼ਾਇਬਰ ਹਾਂ ਜੀ ਦੋ ਘੰਟੇ ਬਾਅਦ ਸੰਦ ਬਈ ਪੁੱਜ ਗਿਆ ਸੋ ਜੀ ਹਾਂ ਜੀ ਤੇ ਤੁਸੀਂ ਜਦੋਂ ਉੱਥੇ ਕੋਈ ਤੁਸੀਂ ਜਿਸ ਤਰ੍ਹਾਂ ਜ਼ਿਕਰ ਕੀਤਾ ਅਸਾਂ ਪਹਿਲੇ ਪੁਠਵਾਰੀ ਟੈਲੀਫਿਲਮ ਨਾਲ ਇਹ ਤਾਂ ਬੜੀਆਂ ਮਤਲਬ ਦੁਬਈ ਚ ਵੀ ਅਬੂ ਜ਼ੈਬੀ ਜਾਂ ਯੂਕੇ ਅਮਰੀਕਾ ਤੱਕ ਵੀ ਗਈਆਂ ਉੱਥੇ ਜਦੋਂ ਤੁਸਾਂ ਕੋਈ ਪੁਠਵਾਰੀ ਚੀਜ਼ ਦੇਖਣੇ ਹੋ ਕੋਈ ਸੀਡੀ ਦੇਖਣੇ ਹੋ ਟੈਲੀਫਿਲਮ ਨਹੀਂ ਜਾਂ ਕੋਈ ਸੌਂਗ ਦੇਖਣੇ ਹੋ ਪੁਠਵਾਰੀ ਨਾ ਤਾਂ ਉਸ ਵੇਲੇ ਕਹਿ ਤੂੰ ਸੁਣੇ ਮਹਿਸੂਸ ਆਤਾਂ ਸਾਰਾ ਸੇ ਬੜਾ ਮਜ਼ਾ ਆਸ ਨਾ ਔਰ ਅਸਮ ਬੜਾ ਇੰਜੋਏ ਕਰਨੇ ਹਮ ਜਦੋਂ ਆਪਨੀ ਜ਼ਬਾਨ ਸੁਣਨੇ ਆ ਨਾ ਪਠਵਾਰੀ ਕਿ ਪਠਵਾਰੀ ਕੋਈ ਟੈਲੀਫਿਲਮ ਲਗੀ ਜਾਂ ਕੁਝ ਹੋਰ ਪਹਿਲੇ ਤੇ ਹੈ ਕਿ ਤੁਮ ਆਮ 뮤직 ਸੈਂਟਰਾਂ ਪਰ ਨਹੀਂ ਲਵਣੀ ਆ ਸਕੀ ਅੱਛਾ ਅਸਾ ਪਾਕਿਸਤਾਨ ਦੇ ਕੋਈ ਸੰਗੀਤ ਦੋਸਤ ਅੱਛਾ ਹੋ ਕਿ ਨਿਆਣੇ ਜਾਂ ਸਪੈਸ਼ਲ ਕਿਸੇ ਦੀ ਰਿਕਵੈਸਟ ਕਰਵਾਣੋ ਤੂੰ ਉਸ ਨੂੰ ਬੜਾ ਇੰਜੋਏ ਕਰਨੇ ਆ ਸਾ ਬੜਾ ਮਜ਼ਾ ਹਸਣਾ ਸਹੀ ਕਿਉਂਕਿ ਆਲਮੋਸਟ ਜਿਵੇਂ ਮੈਡਮ ਹੋਨਰਸ ਕੀਦੀ ਕਿ ਉਥੇ ਪਠਾਣਾ ਨਾਲ ਜ਼ਿਆਦਾ ਹੈ ਜਾਂ ਫਿਰ ਅਸਾਂ ਨੇ ਜਿਹੜੇ ਲਾਹੌਰ ਨਾਲ ਸਟੇਜ ਹੈ ਨਾ ਉਹ ਜ਼ਿਆਦਾ ਹੈ ਹਸਣਾ ਪੰਜਾਬੀ ਔਰ ਉਹਦਾ ਨਹੀਂ ਪੰਜਾਬੀ ਦਾ ਅਸਾਂ ਨਹੀਂ ਪਟਵਾਰੀ ਫਰਕ ਹੈ ਕਾਫੀ ਹੈ ਬਿਲਕੁਲ ਬਰਬਲ ਚੱਲੇ ਰਹਿਣੇ ਤਖੜੇ ਸਾਰੇ ਬੜਾ ਇੰਜੋਏ ਕਰਨੇ ਔਰ ਕੋਈ ਕੰਮ ਕੋਈ ਨਹੀਂ ਉਣਾ ਨੇ ਬਸ ਸੀਟੀਆਂ ਲਾਇਕ ਤੱਕ ਹੀ ਸਾਰਾ ਸਹੀ ਸਹੀ ਅੱਛਾ ਇਹਨੇ ਦੀ ਤੁਸੀਂ ਕਿਆ ਮਹਿਸੂਸ ਕੀਤਾ ਸੜੀ ਪੁਠਵਾਰੀ ਬੈਠੋ ਕੀ ਤੇ ਸੀਦਾ ਕੀ ਜਿਹਾ ਲੱਗਤ ਸੀ ਜੀ ਬੜਾ ਅੱਛਾ ਲੱਗਾ ਗੱਲ ਹੈ ਕਿ ਪੁਠਵਾਰੀ ਵੀ ਆਪਣੇ ਔਰ ਮਾਸ਼ਾਅੱਲਾ ਸਾਰੀਆਂ ਜ਼ੁਬਾਨਾਂ ਸਨੀ ਆਪਣੀਆਂ ਬਰਾਲ ਬੜਾ ਅੱਛਾ ਲੱਗਾ ਤੁਸੀਂ ਨਾਲ ਗੱਲਬਾਤ ਕਰੀ ਹੋਣੀ ਨਾ ਕਿ ਐਕਟਰ ਨਹੀਂ ਪੜਾਸ ਜਿਹੜੀ ਉਹ ਨਿਕਲੀ ਏ ਤੇ ਬੜਾ ਬੜਾ ਮਜ਼ਾ ਆਇਆ ਬੜਾ ਇੰਜੋਏ ਕੀਤਾ ਆ ਕੇ ਬਟਾਉਣ ਦੀ ਕੀ ਪੈਗਾਮ ਦੇਸੋ ਅਸਣੇ ਨਜ਼ਰੀਨ ਕੀ ਜਾਂ ਜਿਹੜੇ ਨਵੇਂ ਅਦਾਕਾਰ ਰਸ਼ਨੇ ਤੇ ਨਵੇਂ ਅਦਾਕਾਰਾਂ ਕੀ ਤੇ ਪੈਗਾਮ ਹੈ ਸੋ ਹੈ ਲੇਕਿਨ ਪੁਰਾਣੇ ਕੀ ਦੇਸਾਂ ਕੇ ਨਵੇਂ ਆਣ ਤੇ ਉਹਨਾਂ ਨੇ ਸਿਰ ਤੇ ਜ਼ਰਾ ਹੱਥ ਰੱਖਿਆ ਕਰੋ ਉਹਨਾਂ ਕੀ ਗਾਈਡ ਕਰਿਆ ਕਰੋ ਕਿਉਂਕਿ ਨਵੇਂ ਆਣੇ ਨੂੰ ਉਹਨਾਂ ਕੀ ਨਹੀਂ ਪਤਾ ਹੋਣਾ ਸਹੀ ਤੇ ਉਹ ਦਿਲਬਰਦਾਸ਼ਤਾ ਹੋਈ ਤੇ ਚਲੇ ਜਾਣਾ ਫੇ ਰੱਖਣੇ ਨਹੀਂ ਜੀ ਫੀਲਡ ਨਹੀਂ ਸਹੀ ਸਹੀ ਅਕਸਰ ਹੋਣਾ ਨੇ ਕਿ ਅਕਸਰ ਅਸਾਂ ਕਿਤਨੇ ਆਰਟਿਸਟ ਤੱਕੇ ਨਵੇਂ ਅਸਾਂ ਨੇ ਹੋਣਿਆ ਹੋਣਿਆ ਮੇਰੇ ਹੋਣਿਆ ਹੋਣਿਆ ਆਏ ਕਾਫੀ ਆਰਟਿਸਟ ਕਾਫੀ ਮੇਲ ਫੀਮੇਲ ਤੇ ਥੋੜੇ ਹਰਸੇ ਬਾਦ ਉਹਨੇ ਕਿਤੇ ਕਹਾ ਦੇ ਗਾਇਬ ਪਤਾ ਹੀ ਨਹੀਂ ਚਲਿਆ ਸਹੀ ਉਹ ਨਹੀਂ ਜੀ ਅਸਾਂ ਨਾਲ ਬਿਹੇਵੀਅਰ ਨਹੀਂ ਚਾਹੀਏ ਐਕਟਰਾ ਨਾਲ ਹਾਲਾਂਕਿ ਉਹ ਬਾਜ਼ ਐਸੇ ਲੋਕ ਵੀ ਆਣੇ ਕਿ ਅਗਰ ਉਹਨਾਂ ਨੇ ਸਿਰ ਪਰ ਹੱਥ ਰੱਖਿਆ ਗੱਛੇ ਤਾਂ ਉਹ ਅੱਗੇ ਬੜੇ ਅੱਗੇ ਗੱਛੀ ਸਕਣਗੇ ਅੱਗੇ ਗੱਛੀ ਸਕਣਗੇ ਜੀ ਤੇ ਮੈਂ ਆਪਣੇ ਸੀਨੀਅਰ ਕੀ ਆਖਣੀ ਹੈ ਕਿ ਨਵੇਂ ਆਣ ਤੇ ਉਹਨਾਂ ਨੂੰ ਜਰਾ ਉਹਨਾਂ

ਉਰਸ ਨੇ ਚ ਸਪੈਸ਼ਲ ਪ੍ਰੋਗਰਾਮ ਹੋਣਾ ਸਹੀ ਔਰ ਦੁਆ ਹੈ ਕਿ ਅੱਲਾਹ ਤਾਲਾ ਸੇ ਹੀ ਹੋਰ ਤਰੱਕੀ ਹੋਵੇ ਤੁਸਾਂ ਕਾ ਪੈਗਾਮ ਦੇਸ ਨਾਜ਼ਰੀਨ ਕੀ ਮੈਂ ਸਰਕਾਰ ਪੈਗਾਮ ਹੀ ਦੇਸਾਂ ਕੇ ਬਾਸ ਆਪਣੇ ਅੰਦਰ ਨਜ਼ਮੋ ਜ਼ਬਤ ਪੈਦਾ ਕਰੋ ਸਹੀ ਹੁਣ ਅਸਾਂ ਨਾ ਉਹ ਵੇਲਾ ਨਹੀਂ ਸਹੀ ਕਿ ਜਿਸ ਨੇ ਜਸਾਂ ਲੜਾਈ ਝਗੜੇ ਕਰੀਏ ਸਹੀ ਜਾਂ ਕਿਸੇ ਪਰ ਤਨਜ਼ ਕਰੀਏ ਜਾਂ ਕਿਸੇ ਪਰ ਗਿਲਾ ਸ਼ਿਕਵਾ ਕਰੀਏ ਬਲਕੇ ਸਾਰੇ ਮਿਲੀ ਦਬਈਏ ਤੇ ਇਸ ਮੁਲਕ ਕੀ ਔਰ ਜ਼ਿਆਦਾ ਅੱਛਾ ਬਨਾਈਏ ਸਹੀ ਤਾਂ ਕਿ ਅਸਾਂ ਜਿਹੜੇ ਲੋਕ ਗਏ ਆ ਦੁਆ ਮਲਕਾਂ ਦੀਆਰੇ ਖੈਰੀ ਚਲੇ ਗਏ ਆ ਜੀ ਆਣ ਲਈ ਜਿਹੜੀ نسل ਹੈ ਉਹ ਥੈ ਕਚੀ ਤੇ ਕੰਮ ਨਾ ਕਰਨ ਉਹ ਆਪਣੇ ਆਪਣੇ ਮੁਲਕ ਵਿੱਚ ਕਿਹਾ ਬਾਤ ਤੇ ਬੜਾ ਖੂਬਸੂਰਤ ਤਾਂ ਹੀ ਸੀ ਕਿ ਜਦੋਂ ਅਸਾਂ ਸਾਰੇ ਮਿਲੀ ਤੇ ਬੈਸਾਂ ਮਿਲੀ ਤੇ ਬੈਸਾਂ ਇਹ ਗੱਲ ਹੀ ਦਿਲ ਕਰਨਾ ਤੁਸਾਂ ਦਾ ਮਜ਼ਮਾਨਾ ਨਾਲ ਬਹੁਤ ਸਰੀਆਂ ਗੱਲਾਂ ਪਈਆ ਪਰ ਵੇਲਾ ਖਤਮ ਹੋਣਾ ਪਿਆ ਐਨੀ ਬੁਖਾਰੀ ਸਾਹਿਬਾ ਤੁਸਾਂਾ ਤੇ ਜਮੀਲ ਬੰਗਿਆਲ ਸਾਹਿਬ ਤੁਸਾਂਾ ਦਾ ਮਜ਼ਮਾਨਾ ਨਾਲ ਬਹੁਤ ਬਹੁਤ ਸ਼ੁਕਰੀਆ ਤੁਸਾਂ ਵੇਲਾ ਕਢਿਆ ਤੇ ਸੜੀ ਬੈਠੋ ਕੀ ਚਾਹੀਓ ਨਾਜ਼ਰੀਨ ਉਮੀਦ ਕਰਨੇ ਅੱਜ ਇਹਨੇ ਮਜ਼ਮਾਨਾ ਨਾਲ ਮੁਲਾਕਾਤ ਵੀ ਤੁਸਾਂ ਕੀ ਬਹੁਤ ਚੰਗੀ ਲੱਗੀ ਹੋਸੀ ਅਗਲੇ ਹਫਤੇ ਇਨਸ਼ਾਅੱਲਾ ਦੋ ਨਵੇਂ ਮਜ਼ਮਾਨਾ ਨਾਲ ਫਿਰ ਤੁਸਾਂ ਦੀ ਖਿਦਮਤ ਵਿੱਚ ਹਾਜ਼ਰ ਹੋਸਾਂ ਅਦੂ ਜੀਆਂ ਆਪਣੇ ਮੇਜ਼ਬਾਨ ਸ਼ਹਿਜ਼ਾਦ ਨਾਕਿਸ਼ ਕੀ ਦਿਓ ਇਜਾਜ਼ਤਾਂ ਅੱਲਾ ਸੁਣਨੇ ਵਾਲੇ